ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ। ਅਤੇ ਅੱਜ ਆਪਣੇ ਮਤਲਬ ਕਿ ਟਰੈਕਟਰ ਦੇ ਆਪਾਂ ਸਟੈਪ ਕਰਨ ਲੱਗੇ ਸੀ ਤਿਆਰ। ਕੁਛ ਸਮਾਨ ਕੱਲ੍ਹ ਕੀਤਾ ਸੀ, ਕੁਛ ਅੱਜ ਕਰਾਂਗੇ। ਸਟੈਪ ਆਪਾਂ ਬਣਾਉਣ ਲੱਗੇ ਹਾਂ ਜੀ, ਕੁਛ ਇਸ ਤਰੀਕੇ ਨਾਲ ਨਟ ਪਾਵਾਂਗੇ ਇਹਦੇ ਵਿੱਚ ਆਪਾਂ, ਅਤੇ ਫਰੰਟ ਤੋਂ ਆ ਚੀਜ਼ ਆਪਾਂ ਮੋੜ ਦਿੱਤੀ ਹੈ, ਗੁਲਾਈ ਜੀ ਦਿੱਤੀ, ਅਤੇ ਇੱਥੋਂ ਵਿਚਕਾਰ ਆਪਾਂ ਇਹ ਦਿਲਾ ਦੇਣੇ ਨੇ ਪੀਸ। ਦੋ ਸਟੈਪ ਬਣਨਗੇ ਆਪਣੇ, ਦੋ ਸਟੈਪ ਆਪਣੇ ਇਸ ਪਾਸੇ, ਦੋ ਸਟੈਪ ਹੀ ਪਰਲੇ ਪਾਸੇ। ਫਿਲਹਾਲ ਆ ਜਿਹੜੇ ਟਾਇਰ ਨੇ ਇਹ ਆਪਾਂ ਲਾਉਣ ਲੱਗੇ ਹਾਂ। ਇਹ ਟਾਇਰ ਜਿਹੜੇ ਭਰਾ ਦੇ ਆਏ ਸੀ ਆਪਾਂ ਉਹਦੇ ਵਾਪਸ ਕਰਨੇ, ਕਿਉਂਕਿ ਆਪਾਂ ਸਿਰਫ ਇੱਕ ਇੰਨਾ ਵੇਖਣਾ ਸੀ ਵੀ ਇਹਨਾਂ ਟਾਇਰਾਂ ਦੇ ਵਿੱਚ ਸਾਡਾ ਟਰੈਕਟਰ ਲੱਗਦਾ ਕਿਵੇਂ ਦਾ। ਬਾਤਿਆਂ ਭਰਾਵਾਂ ਦੇ ਕਮੈਂਟ 'ਤੇ ਇਹੀ ਆਏ ਸਨ ਵੀ ਤੁਸੀਂ ਮੋਸਟਰ ਦੀ ਜਗ੍ਹਾ ਜਿਹੜੇ 1016 ਜਾਂ 1116 ਉਹ ਚੀਜ਼ ਪਾਓ। ਬਾਕੀ ਇਹਨਾਂ ਟਾਇਰਾਂ 'ਚ ਨਾ ਟਰੈਕਟਰ ਥੋੜ੍ਹਾ ਜਿਹਾ ਵੱਡਾ ਹੀ ਲੱਗਦਾ, ਜ਼ਿਆਦਾ ਹੀ ਵੱਡਾ ਲੱਗਦਾ, ਅਤੇ 1016 ਜਾਂ 1116 ਨਾਲ ਨਾ ਐਡਾ ਟਰੈਕਟਰ ਵੱਡਾ ਲੱਗਣਾ ਨਹੀਂ ਮੈਨੂੰ, ਕਿ ਜਿਵੇਂ ਆਪਾਂ ਪਿੱਛੋਂ ਵੀ ਚੌੜਾ ਕਰਤਾ, ਪਿਛਲੇ ਟਾਇਰ ਵੱਡੇ ਪਾਤੇ, ਅਤੇ ਐਡਾ ਵੱਡਾ ਲੱਗਣਾ ਨਹੀਂ ਗਾ। ਬਾਕੀ ਚਲੋ ਫਿਰ ਵੀ ਆਪਾਂ ਇੱਕ ਵਾਰੀ ਵੇਖਦੇ ਹਾਂ ਟਰਾਈ ਕਰਕੇ। ਇੱਕ ਆਹ ਚੀਜ਼ ਵਿਖਾਉਣੀ ਸੀ, ਆਹ ਬਣਾਇਆ ਸੀ ਆਪਾਂ ਦੋਵਾਂ ਦੇ ਵਿਚਕਾਰ ਇੱਕ ਸਪੋਰਟ ਦਿੱਤੀ ਸੀ ਕਲਾਸ ਦਾ ਪਾਈਪ। ਇਹ ਸਭ ਤੋਂ ਮਤਲਬ ਕਿ ਆਪਾਂ ਕੁਆਲਿਟੀ ਵਾਈਜ਼ ਅਤੇ ਹੈਵੀ ਡਿਊਟੀ ਜਿਹੜੀ ਮਤਲਬ ਕਿ ਪਾਈਪ ਹੁੰਦੇ ਨੇ ਉਹ ਸੀ ਕਲਾਸ 'ਚ ਹੀ ਆਉਂਦੇ ਨੇ। ਇਹ ਵੀ ਨਟਾਂ 'ਤੇ ਕੀਤਾ ਆਪਾਂ, ਇਸ ਪਾਸੇ ਦੋ ਨਟ ਨੇ, ਇਸ ਪਾਸੇ ਵੀ ਦੋ ਨਟ ਨੇ, ਦੋਵਾਂ ਪਾਸੇ ਜਦੋਂ ਖੋਲ੍ਹਣਾ ਖੋਲ੍ਹ ਸਕਦੇ ਹਾਂ, ਨਹੀਂ ਤਾਂ ਬੜੀ ਹੈਵੀ ਚੀਜ਼ ਹੈ, ਤਾਂ ਕਿ ਦੋਵਾਂ ਪਾਸਿਓਂ ਦੀ ਜਿਹੜੀ ਆਪਣੀ ਵਾਈਬ੍ਰੇਸ਼ਨ ਜੀ ਵਾਲਾ ਸਿਸਟਮ ਹੈ ਵੀ ਦੋਵਾਂ ਪਾਸਿਓਂ ਵੀ ਹਿੱਲ ਜੁੱਲ ਜੀ ਨਾ ਹੋਵੇ, ਇਸ ਕਰਕੇ ਆਪਾਂ ਇਹ ਵਿਚਕਾਰ ਪਾਈਪ ਲਾਇਆ। ਵੈਸੇ ਹਿੱਲ ਜੁੱਲ ਹੈ ਨਹੀਂ ਸੀ, ਪਰ ਫਿਰ ਵੀ ਆਪਾਂ ਵੀ ਇੱਕ ਲਾਤਾ ਹੈ ਇਹਦੇ ਪਿੱਛੇ ਸਪੋਰਟ ਦੇ ਦਿੱਤੀ ਇਹਨੂੰ। ਇੱਕ ਆ ਟੈਂਕੀ ਪਈ ਹੈ ਜਿਹੜੀ ਆਪਾਂ ਪਾਈਦਾ ਥੱਲੇ ਲਾਉਣੀ ਹੈ, ਇਹਦੇ ਥੱਲੇ ਜੇ ਆਪਾਂ ਇਹ ਟੈਂਕੀ ਥੋੜ੍ਹੀ ਮੋਟੀ ਲਿਆਉਂਦੇ ਤਾਂ ਉਹ ਫਿਰ ਗੜਬੜ ਹੋ ਜਾਣਾ ਸੀ ਕੰਮ। ਸਹੀ ਟੈਂਕੀ ਆ ਗਈ ਬਿਲਕੁਲ ਪੂਰੀ ਨਾ, ਇਹਦੇ ਥੱਲੇ ਆ ਜਾਂਦੀ ਟੈਂਕੀ। ਉੱਪਰੋਂ ਤਾਂ ਨਹੀਂ ਪਤਾ ਲੱਗਦਾ ਜੇ ਆਪਾਂ ਥੱਲੇ ਬਹਿ ਕੇ ਵੇਖਾਂਗੇ ਜਾਂ ਸਾਈਡ 'ਚੋਂ ਵੇਖਾਂਗੇ, ਨਾ ਮਾਤਰ ਜੀ ਦੱਸੇਗੀ ਹੋਏਗੀ, ਇਹਦੇ ਅੰਦਰ ਹੀ ਅੰਦਰ ਆ ਜਾਂਦੀ ਤਕਰਾਂ, ਕਿਉਂਕਿ ਪਾਏਦਾਨ ਕਾਫੀ ਲੰਬੇ ਹੋ ਚੁੱਕੇ ਨੇ, ਇਹਦੇ ਅੰਦਰ ਹੀ ਆ ਜਾਂਦੀ ਜੀ। ਬਾਕੀ ਰਹੀ ਗੱਲ ਛਤਰੀ ਦੀ, ਛਤਰੀ ਫਿਲਹਾਲ ਜਿਹੜੀ ਆਪਣੇ ਕੋਲ ਪੁਰਾਣੀ ਪਈ ਹੈ ਇਹਨੂੰ ਯੂਜ ਕਰਾਂਗੇ, ਅਤੇ ਬਾਅਦ 'ਚ ਵੇਖਾਂਗੇ ਆਪਾਂ ਛਤਰੀ ਦਾ ਵੀ ਕਿਹੜਾ ਲਾਉਣਾ ਕਿਹੜਾ ਨਹੀਂ। ਆਹ ਵੇਟ ਪਏ ਨੇ ਜਿਨ੍ਹਾਂ ਦੇ ਰੰਗ ਹੋ ਚੁੱਕਿਆ ਬਲੈਕ ਕਲਰ 'ਚ ਪੂਰੀ ਸ਼ਾਈਨਿੰਗ 'ਚ, ਅਤੇ ਕੁਛ ਦਿਨਾਂ ਦੇ ਵਿੱਚ, ਦੋ ਚਾਰ ਦਿਨਾਂ ਦੇ ਵਿੱਚ ਇਹਨੂੰ ਵੀ ਆਪਾਂ ਫਿੱਟ ਕਰਾਂਗੇ, ਅਤੇ ਇਹਦੀ ਵੀ ਫਿਟਿੰਗ ਦੀ ਵੀਡੀਓ ਪਾਵਾਂਗੇ। ਫਿਟਿੰਗ ਦੇ ਵਿੱਚ ਆਪਾਂ ਜਿਹੜਾ ਨਟ ਪਾਉਣੇ, ਨਟ ਦੇ ਅੰਦਰ ਇੱਕ ਜਿਹੜਾ ਆਪਣਾ ਬੁਲਟ ਹੋਏਗਾ, ਜਿਵੇਂ ਇੱਥੇ ਉਹ ਇੱਕ ਬੁਲਟ ਕੱਸਾਂਗੇ ਤਾਂ ਕਿ ਰਿਮ ਨੂੰ ਰਗੜਨਾ ਵੱਜੇ ਜੇ ਕੱਲ੍ਹ ਨੂੰ ਲਾਉਣੇ ਵੀ ਪੈਣ। ਸਿਰਫ ਵੇਟਾਂ ਕਰਕੇ ਮੈਨੂੰ ਸਾਰਾ ਸਿਲਵਰ ਕਰਨਾ ਪੈ ਗਿਆ, ਜੇ ਵੇਟ ਨਾ ਲਾਉਣੇ ਹੁੰਦੇ ਫਿਰ ਆਹ ਚੀਜ਼ ਬਲੈਕ ਕਰਨੀ ਸੀ ਅਤੇ ਉਹ ਚੀਜ਼ ਸਿਲਵਰ ਰੱਖਣੀ ਸੀ। ਸਿਰਫ ਇਹਨਾਂ ਵੇਟਾਂ ਕਰਕੇ ਸਾਰਾ ਸਿਲਵਰ ਕਰਨਾ ਪੈ ਗਿਆ, ਕਿਉਂਕਿ ਵੇਟ ਕਾਫੀ ਵੱਡੇ ਨੇ, ਅਤੇ ਵੇਟ ਆਪਾਂ ਜੇ ਲਾਉਂਦੇ ਹਾਂ ਅਤੇ ਆਹ ਵੀ ਬਲੈਕ, ਤਾਂ ਫਿਰ ਆਹ ਸਾਰਾ ਬਲੈਕ ਹੀ ਦਿਸਣਾ ਸੀ, ਇਹਦੇ ਸਿਲਵਰ ਕੁਛ ਵੀ ਨਹੀਂ ਚਮਕਣਾ ਆਪਾਂ ਨੂੰ, ਜੇ ਪਲੇਟ ਸਿਲਵਰ ਵੀ ਭਾਵੇਂ ਹੁੰਦੀ। ਜਦੋਂ ਕਦੀ ਆਪਾਂ ਇਹਨੂੰ ਅਲੋਏ ਵੀਲ ਦੀ ਸ਼ੇਪ ਦਿੱਤੀ, ਫਿਰ ਇਸ ਚੀਜ਼ ਨੂੰ ਤਾਂ ਆਪਾਂ ਕਰੋਮ ਕਰਾ ਦਿਆਂਗੇ, ਇਸ ਚੀਜ਼ ਨੂੰ ਆਪਾਂ ਬਲੈਕ ਕਰ ਦਿਆਂਗੇ, ਜਦੋਂ ਕਦੀ ਦਿੱਤੀ ਅਲੋਏ ਵੀਲ ਦੀ ਸ਼ੇਪ। ਫਿਲਹਾਲ ਆਪਾਂ ਵੇਟ ਹੀ ਲਾਉਣੇ ਨੇ, ਉਦੋਂ ਫਿਰ ਮੌਕੇ 'ਤੇ ਆਪਾਂ ਕਰਾ ਲਾਂਗੇ ਬਲੈਕ ਨੂੰ। ਬਾਕੀ ਟਾਇਰ ਟੂਰ ਖੋਲ੍ਹੀਏ ਅਤੇ ਦਈਏ ਭਰਾ ਦੇ ਵਾਪਸ। ਇੱਕ ਆਪਾਂ ਇਹ ਰੁੱਕਾ ਹੀ ਬੱਚਾ ਜਿਹਾ ਲੱਗਣ ਦਿਆ, ਆਹ ਵੇਖਣ ਦੇ ਵਿੱਚ ਮਤਲਬ ਕਿ ਭਰਵਾਂ ਹੀ ਆ, ਅਤੇ ਵੱਡਾ ਵੱਡਾ ਲੱਗਦਾ ਸੀ, ਅਤੇ ਆਹ ਪਾਸਾ ਰੁੱਕਾ ਹੀ ਛੋਟਾ ਜਿਹਾ ਲੱਗਣ ਲੱਗ ਗਿਆ ਹੁਣ, ਪੁਸ਼ਕਾ ਸਕੇ ਨੇ।
कुछ वैसे छोटे ने, दोवां टायरां दे विच बड़ा फर्क लगन दिया। बाकी कई भरा कहिंदे सी भी तुसीं आ मोन्स्टर ना पाओ, 1016 या 1116 पाओ। उहदे विच मैनूं वी थोड़ी कन्फ्यूजन जी है वी इहदे नाल ते ट्रैक्टर लगदा ही बड़ा वड्डा आ, ते इहनां नाल ते बड़ा ही छोटा जिहा टायर इहदे। ते 1016 या ਉਹ ਟਾਇਰ ਵੀ ਜ਼ਿਆਦਾ ਜ਼ਿਆਦਾ ਇੱਥੋਂ ਲੈ ਕੇ ਤਾਂ ਇੰਨੇ ਕੁ ਚੌੜੇ ਹੋਣਗੇ, ਇੱਦੂ ਜ਼ਿਆਦਾ ਤਾਂ ਹੋਣੇ ਵੀ ਕੋਈ ਨਹੀਂ, ਉਹ ਐਡੇ ਚੌੜੇ ਤਾਂ ਨਹੀਂ ਹੋ ਸਕਦੇ ਉਹ। ਬਾਕੀ ਚਲੋ ਇੱਕ ਵਾਰੀ 1016 ਵੀ ਕਰੀ ਇਹ ਦਿਨ ਟਰਾਈ ਕਰਕੇ ਵੇਖ ਲਾਂਗੇ ਵੀ ਉਹ ਕਿਵੇਂ ਦੇ ਲੱਗਦੇ ਨੇ। Thank you.